ਸਾਡੇ ਆਦਮਪੁਰ ਜੀ ਵਿੱਚ ਬਹੁਤ ਗੰਦ ਪਾਇਆ, ਜਿਹੜੇ ਐਮ ਸੀ ਪ੍ਰਧਾਨ ਨੂੰ ਬਾਹਰ ਕੱਢਿਆ ਪਵਿੱਤਰਾ ਸਿੰਘ ਨੂੰ, ਉਹ ਕਰਬਲ ਦੇ ਖਿਲਾਫ਼ ਬੋਲ ਰਿਹਾ, ਜਿਹੜੀ ਲੜਾਈ ਹੋਈ ਇਹਨਾਂ ਦੀ ਕਰਬਲ ਦੇ ਨਾਲ, ਸਿਰਫ ਸਾਡੇ ਖਿਲਾਫ਼ ਬੋਲ ਰਿਹਾ, ਪਰਮਾਰ ਸਾਹਿਬ ਦੇ ਗਾਣ ਡੰਡਾ ਦੂੰਗਾ, ਕਰਬਲ ਦੇ ਗਾਣ ਮੈਂ ਡੰਡਾ ਦੂੰਗਾ, ਕੀ ਮਤਲਬ ਇਹਦਾ? ਅਤੇ ਸਫਾਈ ਹੋ ਰਹੀ ਹੈ, ਅਤੇ 24 ਘੰਟੇ ਬਿਜਲੀ ਹੈ, 24 ਘੰਟੇ ਗਲੀ ਬਣ ਰਹੀ ਹੈ, ਸੜਕ ਬਣ ਰਹੀ ਹੈ, ਸਫਾਈ ਹੋ ਰਹੀ ਹੈ, ਕੀ ਬਣਿਆ, ਟੱਟੇ ਫਰਾਈ ਹੋ ਰਿਹਾ ਸਭ ਐਮ ਸੀ ਸਾਰੇ, ਇਹਨਾਂ ਦਾ ਪਲੈਂਗ ਬਣਾਇਆ, ਜਿਹੜੇ ਕਰਬਲ ਦੇ ਨਾਲ ਕਰਬਲ ਦੇ ਖਿਲਾਫ਼ ਦੇ ਬੋਲ ਰਹੇ ਆ, ਪਰਮਾਰ ਸਾਹਿਬ ਦੇ ਖਿਲਾਫ਼ ਬੋਲ ਰਹੇ ਆ, ਪਵਿੱਤਰਾ ਸਿੰਘ, ਗਗਨ ਗੁਪਤਾ, ਮੋਵੀ ਔਰ ਸ਼ੇਰੀ, ਇੱਕ ਚੂਤੀ ਐਮ ਐਲ ਏ ਰੱਖੇ ਆ, ਚੂਤੀ ਐਸ ਐਚ ਓ ਰੱਖੇ ਆ, ਚੂਤੀ ਡੀ ਐਸ ਪੀ ਰੱਖੇ ਆ, ਭੈਣ ਚੋ ਸ਼ਰਾਬਾਂ ਪੀਂਦੇ, ਐਸ਼ ਕਰਦੇ ਸਾਰੇ, ਕੰਮ ਨਹੀਂ ਕਰ ਰਹੇ, ਕੋਈ ਸਿਟੀ ਸਾਫ਼ ਹੋ ਰਿਹਾ, ਮੈਂ ਪੁੱਛ ਰਿਹਾ ਤੁਹਾਨੂੰ, ਪੁੱਛ ਰਿਹਾ ਅੱਛਾ ਦਿਨ ਕੀ ਹੁੰਦਾ, ਅੱਛਾ ਦਿਨ ਕੀ ਹੁੰਦਾ, ਇਹ ਅੱਛਾ ਦਿਨ ਮੋਦੀ ਸਰਕਾਰ, ਅੱਛਾ ਦਿਨ ਮੋਦੀ ਸਰਕਾਰ, ਅੱਛਾ ਦਿਨ ਹੈ, ਆਹ ਦੇਖੋ ਟੱਟੇ ਫਰਾਈ, ਆਹ ਦੇਖੋ ਨਜ਼ਰ ਗੋਸਲ ਆਦਮਪੁਰ, ਹੱਥ ਮਾਰੀ ਪਾਈ, ਨਜ਼ਰ ਗੋਸਲ ਆਦਮਪੁਰ ਦੇ ਸਾਰੇ ਗੰਦ ਗੰਦ ਪਿਆ ਪਿਆ, ਕਿੱਥੇ